ਆਹ ਦੇਖੋ ਟਰੱਕ ਖੜਾ ਸਾਡੇ ਸਾਹਮਣੇ, ਪੁਰਾਣੀ ਗੱਡੀ ਹੈ ਟਾਟਾ ਦੀ, ਔਰ ਦੇਖੋ PUR 2847। ਪਹਿਲਾਂ ਤਾਂ ਨੰਬਰ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਪੁਰਾਣੀ ਕਾਰ, ਪੁਰਾਣਾ ਸਕੂਟਰ, ਪੁਰਾਣੀ ਮੋਪੜ ਦਾ ਕੋਈ ਇਹੋ ਜਿਹਾ ਨੰਬਰ ਸੀਗਾ ਤਾਂ ਤੁਸੀਂ ਇਸ ਨੰਬਰ 'ਤੇ ਵੀ ਕਮੈਂਟ ਕਰਿਓ ਅਤੇ ਆਪਣਾ ਵੀ ਨੰਬਰ ਕਮੈਂਟ ਦੇ ਵਿੱਚ ਦੱਸਿਓ। ਪੂਰੀ ਗੱਡੀ ਘੁਮਾ ਕੇ ਦਿਖਾਉਂਦੇ ਹਾਂ ਤੁਹਾਨੂੰ, ਔਰ ਇਸ ਗੱਡੀ ਦੇ ਬਾਰੇ ਗੱਲਾਂ ਬਾਤਾਂ ਵੀ ਕਰਾਂਗੇ। ਹਾਂਜੀ ਸਰਦਾਰ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ, ਠੀਕ ਹੈ ਜੀ। ਹਾਂ ਵਾਹ ਜੀ ਵਾਹ, ਕਮਾਲ ਦੀ ਗੱਲ ਹੈ ਜੀ। ਆ ਗੱਡੀ ਤੁਹਾਡੀ ਹੈ ਜੀ? ਹਾਂ ਸਾਡੀ ਹੈ ਜੀ। ਇਹ ਕਿਆ ਮਾਡਲ ਕਿਆ ਹੈ? ਇਹ ਹੈਗਾ ਜੀ 1974 ਮਾਡਲ ਹੈ ਜੀ। ਉਹ ਟਾਟਾ, ਇਹ ਹੈਗੀ ਜਰਮਨ ਦੀ ਗੱਡੀ, ਟਾਟਾ ਦੀ ਜਰਮਨ ਤੇ ਆਈ ਹੋਈ ਗੱਡੀ ਹੈ ਇਹ। ਅੱਛਾ, ਹਾਂ ਜੀ, ਡੀ ਮਾਡਲ ਗੱਡੀ ਹੈ ਜੀ ਇਹ। ਅੱਛਾ, ਡੀ ਮਾਡਲ, ਡੀ ਮਾਡਲ ਕਹਿੰਦੇ ਜੀ ਇਹਨੂੰ। ਹਾਂ ਜੀ, ਟਾਟਾ ਤੇ ਜਰਮਨ, ਜਰਮਨ ਤੇ ਆਈ ਹੋਈ ਜੀ ਗੱਡੀ ਇਹ, ਕਿ ਮਰਸਡੀਜ਼ ਬੈਨਜ, ਮਤਲਬ ਇਹ ਟਾਟਾ ਨਾਲ ਕਨਵਰਟ ਕਰੀ। ਜਿਸ ਵੇਲੇ ਇਹ ਗੱਡੀ ਆਈ ਸੀ ਨਾ ਜੀ, ਪਹਿਲਾਂ ਗੱਡੀਆਂ ਸਾਦੀਆਂ ਨੇ, ਉਹ ਸਾਡੇ ਬਜ਼ੁਰਗ ਕਹਿੰਦੇ ਜੇ ਇਹ ਗੱਡੀ ਆਈ, ਉਹ ਕਹਿੰਦੇ ਇਹਦੇ ਉੱਪਰ ਗੱਡੀ ਨਹੀਂ ਆ ਸਕਦੀ। ਅੱਛਾ, ਇੰਨੀ ਹੈਵੀ ਗੱਡੀ ਆ ਗਈ ਮਾਲ ਪਾਉਣ ਨੂੰ, ਇਹ ਰਾਸਤਾ ਜਿਵੇਂ ਨਾਪਣ ਨੂੰ ਵੀ ਰਾਤੋਂ ਰਾਤ ਪਹੁੰਚ ਜਾਂਦੇ ਆ, ਵੀ ਉਹ ਕਹਿੰਦੇ ਇਹਦੇ ਉੱਪਰ ਗੱਡੀ ਨਹੀਂ ਆ ਸਕਦੀ ਜਿਹੜੀ ਇਹ ਗੱਡੀ ਆ ਗਈ। ਇੰਨੀ ਗੱਡੀ ਹੈਵੀ ਆਈ ਸੀ ਇਹ। ਉਹਦੇ ਬਾਅਦ ਫਿਰ ਸਾਡੇ ਬਜ਼ੁਰਗਾਂ ਨਾਲ ਚਲਾਈ ਹੈ, ਬਹੁਤ ਬਹੁਤ ਇਹਦੇ ਨਾਲ ਸਾਰੇ ਟਾਟਾ ਦੀ ਓਰਿਜਨਲ ਗੱਡੀ ਆ ਟਾਟਾ ਦੀ ਇਹ। ਹਾਂਜੀ, ਜਰਮਨ ਦਾ, ਜਰਮਨ ਸ਼ੇਪ ਹੈ ਜੀ ਇਹ, ਜਰਮਨ ਦੀ ਗੱਡੀ ਹੈ। ਹਾਂਜੀ ਹਾਂਜੀ, ਦੇਖੋ ਇਹ ਮਾਡਲ ਕਿਹੜਾ ਦੱਸਿਆ ਜੀ ਤੁਸੀਂ? 74 ਮਾਡਲ, 74 ਮਾਡਲ ਹੈ। 1990 ਤੱਕ ਇਹ ਗੱਡੀਆਂ ਚੱਲਦੀਆਂ ਦੇਖੀਆਂ ਆਮ ਅਸੀਂ। ਹਾਂਜੀ ਹਾਂਜੀ, ਕਹਿੰਦੇ ਜਸਵੰਤ ਜੀ। ਹਾਂਜੀ ਹਾਂਜੀ, 2000 ਤੱਕ ਚੱਲੀਆਂ ਜੀ, 2000 ਤੱਕ ਚੱਲੀਆਂ। ਹਾਂਜੀ, ਚਲਾਉਣ ਵਾਲਿਆਂ ਨੇ ਅੱਜ ਵੀ ਸਾਂਭ ਕੇ ਰੱਖੀਆਂ ਵੀ ਅੱਜ ਵੀ ਚਲਾ ਰਹੇ ਆ, ਲੇਕਿਨ ਅੱਜ ਕੱਲ੍ਹ ਇਹਨਾਂ ਪਰ ਬੋਝ ਭਾਰ ਜ਼ਿਆਦਾ ਨਹੀਂ ਪਾ ਰਹੇ। ਅੱਛਾ, ਇੱਕ ਸਰਕਾਰਾਂ ਨੇ ਥੋੜ੍ਹੇ ਜਿਹੇ ਕਾਗਜ਼ ਪੱਤਰ ਬੰਦ ਕਰਤੇ ਪੁਰਾਣੀਆਂ ਕਰਕੇ। ਅੱਛਾ, ਤਾਂ ਕਰਕੇ ਹੁਣ ਅਸੀਂ ਘਰੇ ਖੜਾਈਆਂ ਵਾ, ਪੁਰਾਣੇ ਬਜ਼ੁਰਗਾਂ ਦੀ ਯਾਦ ਹੈ ਜੀ। ਹਾਂਜੀ, ਲੋ ਪੁਰਾਣੇ ਬਜ਼ੁਰਗਾਂ ਦੀ ਯਾਦ ਜਿਹੜੀ ਹੈ, ਪਿੰਡ ਭਿਓਰੇ ਚ ਖੜੇ ਆ ਜੀ, ਰੋਪੜ ਜ਼ਿਲ੍ਹੇ ਦਾ ਪਿੰਡ ਹੈ ਭਿਓਰਾ, ਔਰ ਸਰਪੰਚ ਸਾਹਿਬ ਸੁਪਿੰਦਰ ਸਿੰਘ ਦੀ ਗੱਡੀ ਹੈ ਜੀ ਇਹ। ਆਹ ਦੇਖੋ ਜੀ 74 ਮਾਡਲ ਹੈ, ਸਤਿਗੁਰ ਤੇਰੀ ਓਟ, ਗੁੱਡਸ ਕੈਰੀਅਰ। ਆਹ ਪੁਰਾਣੇ ਬਾਜ ਏਦਾਂ ਹੀ ਲੱਗੇ ਹੁੰਦੇ ਸੀਗੇ ਉੱਪਰ ਜੀ, ਹੈ ਨਾ ਜੀ। ਆਹ ਦੇਖੋ ਜੀ ਪੁਰਾਣੇ ਬਾਜ, ਉਸ ਸਮੇਂ ਬਾਜ ਲੱਗਦੇ ਸੀਗੇ ਗੱਡੀਆਂ ਦੇ ਉੱਤੇ। ਔਰ ਆਹ ਦੇਖੋ ਬੋਨਟ ਗੱਡੀ ਦਾ, ਕਮਾਲ ਦੀ ਗੱਲ, ਖੋਲ ਕੇ ਦਿਖਾਉਂਗੇ ਜੀ? ਹਾਂਜੀ, ਖੋਲ ਦਿੰਦੇ ਜੀ। ਇੱਕ ਦੂਸਰਾ, ਇੱਕ ਹੋਰ ਵੀ ਹੈ ਜੀ, ਇਹ ਜਿੰਨੀਆਂ ਗੱਡੀਆਂ ਖੜੀਆਂ ਹੈ ਸਾਰੀ ਇਹਦੀ, ਇਹਦਾ ਹੀ ਹੈ ਸਾਰਾ, ਆਹ ਜੋ ਵੀ ਆ, ਜਿੰਨੀ ਗੱਡੀ ਆ ਨਾ ਜੀ, ਇਹਦੀ ਇਹਦੀ ਬਣਾਈਆਂ ਵਾ। ਅੱਛਾ, ਹਾਂ, ਜਦੋਂ ਇਹ ਲਾਣੇਦਾਰ ਨੀ ਸਾਰੀਆਂ ਦੀ, ਇਹਦੀ ਕਮਾਈ ਨਾਲ ਸਭ ਕੁਛ ਬਣਿਆ, ਇਹਦੀ ਕਮਾਈ ਨਾਲ ਹੀ ਸਾਰਾ ਕੁਛ। ਹਾਂ, ਜਿੰਨੀਆਂ ਖੜੇ ਇਹਦੇ ਹੀ ਹੈ ਸਾਰਾ ਕੁਛ। ਹਾਂ, ਅੱਛਾ, ਜਿੰਨੀਆਂ ਗੱਡੀਆਂ ਇੱਧਰ ਦੇਖੋ ਜੀ, ਜਿੰਨੀਆਂ ਗੱਡੀਆਂ ਖੜੀਆਂ ਇਹਨਾਂ ਦੀਆਂ, ਇਹਦੇ ਵਿੱਚ ਵੀ ਬਣਾਈ ਇਹਨਾਂ ਨੇ ਸਾਰੀ ਇਹ ਟਰਾਂਸਪੋਰਟ, ਮਕਾਨ, ਕੋਠੀ, ਸਾਰਾ ਕੁਛ ਇਸ ਗੱਡੀ 'ਚ ਹੀ ਬਣਿਆ। ਤਾਂ ਤਾਂ ਫਿਰ ਬੜੀ ਪੁਰਾਣੀ ਯਾਦ ਜੁੜੀ ਹੋਈ ਤੁਹਾਡੀ, ਕਮਾਲ ਦੀ ਗੱਲ ਹੈ ਜੀ। ਇਹ ਤਾਂ ਗੱਡੀ ਜੀ ਅੱਜ ਵੀ ਜੀ ਫਿਲਮਾਂ ਦੇ ਵਿੱਚ ਸ਼ੂਟਿੰਗ ਜਾਂਦੇ, ਹੁਣ ਵੀ ਲੈ ਕੇ ਜਾਂਦੇ ਸ਼ੂਟਿੰਗ। ਹਾਂਜੀ, ਸ਼ੂਟਿੰਗਾਂ ਦੇ ਵਿੱਚ ਅੱਜ ਵੀ ਗੱਡੀ ਜਾਂਦੀ ਹੈ, ਪਾਣੀ 'ਚ ਵਧਾਣੀ, ਇੱਕ ਚਮਕੀਲੇ ਦੇ ਆਈ ਹੈ ਜੀ ਹੁਣ, ਜਿਹੜੀ ਚਮਕੀਲੇ ਵਾਲੀ, ਉਹਦੇ ਵਿੱਚ ਵੀ ਹੁਣ ਮੈਂ ਲੈ ਕੇ ਖੁਦ ਆ ਚਮਕੀਲੇ ਵਾਲੀ, ਹਾਂ ਉਹਦੇ ਚ ਵੀ ਗਈ ਹੈ ਜੀ ਇਹ, ਜਿਹੜੀ ਨੈਟਫਲਿਕਸ ਤੇ। ਹਾਂ ਹਾਂਜੀ ਹਾਂਜੀ, ਇੱਕ ਪਾਣੀ ਚ ਵਧਾਣੀ, ਇੱਕ ਕਲੀਆਂ ਮਾਣਕ ਦੀਆਂ, ਕਈ ਫਿਲਮਾਂ ਜਾ ਹੁਣ ਵੀ ਪੈਸੇ ਸਾਨੂੰ ਬੁਲਾਉਂਦੇ ਰਹਿੰਦੇ ਆ ਵੀ ਆ ਜਾਓ, ਅਸੀਂ ਪੈਸੇ ਨਹੀਂ ਚਾਹੀਦਾ, ਹੁਣ ਆਪਣਾ ਗੱਡੀ ਲੈ ਕੇ ਵੀ ਆਪਣਾ ਕੰਮ ਪਿੱਛੇ ਛੁੱਟ ਜਾਂਦਾ, ਹੋਰ ਕੰਮ ਕਰਦੇ। ਇਮਤਿਆਜ਼ ਵਾਲੀ ਜਿਹੜੀ ਸ਼ੂਟਿੰਗ ਕਰਕੇ ਕਿਸੇ ਗੱਡੀ ਦੀ ਹੋਈ ਆ? ਹਾਂਜੀ ਹਾਂਜੀ, ਅੱਛਾ ਮੂੰਹ ਮੰਗ ਪੈਸੇ ਦਿੰਦੇ ਜੀ? ਅੱਛਾ, ਹਾਂ, ਅਸੀਂ ਇੱਕ ਰਾਤ ਲਾ ਕੇ ਆਏ ਆ, 3 ਦਿਨ ਦੇ ਪੈਸੇ ਦਿੱਤੇ ਸਾਨੂੰ।
ਉਤਰਾਖੰਡ ਕਹਿੰਦੇ ਲੈ ਕੇ ਜਾਣੀ ਆ। ਮੈਂ ਇਹਨੂੰ ਕਿਹਾ ਵੀ ਇੱਕ ਤਾਂ ਤੁਸੀਂ ਸਾਨੂੰ 15 ਦਿਨ ਦੇ ਪੈਸੇ ਦੇ ਐਡਵਾਂਸ ਤੇ ਘੋੜੇ ਦਾ ਖਰਚਾ ਦੋ ਆਉਣ ਜਾਣ ਦਾ ਟਰਾਲੇ ਦਾ ਜੀ ਬਲਾਦਰ ਲਿਜਾਉਂਗੇ। ਉਹ ਕਹਿੰਦੇ ਐਡੀ ਸਾਡੀ ਸ਼ੂਟਿੰਗ ਨੀ ਫੇਰ ਨੀ ਭੇਜਣੀ। ਵਾਹ ਜੀ ਵਾਹ, ਇਹ ਗੱਡੀ ਜਾਂਦੀ ਜੀ ਛੁੱਟੀਆਂ ਦੇ ਵਿੱਚ ਵੀ, ਔਰ ਪੁਰਾਣੀਆਂ ਯਾਦਾਂ ਤੁਹਾਡੀਆਂ ਵੀ ਕੋਈ ਜੁੜੀਆਂ ਹੋਈਆਂ ਅਜਿਹੀਆਂ ਗੱਡੀਆਂ ਦੇ ਨਾਲ ਤਾਂ ਕਰਿਓ ਕਮੈਂਟ ਜੀ। ਆਹ ਦੇਖੋ ਪੂਰੀ ਬਾਡੀ ਵੀ ਪਿੱਛੋਂ ਦਿਖਾਉਂਦੇ ਜੀ ਗੱਡੀ ਦੀ, ਪੂਰੀ ਗੱਡੀ ਘੁਮਾ ਕੇ ਦਿਖਾਉਣ ਦੀ। ਇਹ 2018 ਚ ਨਵੀਂ ਬਾਡੀ ਕਿਵੇਂ ਲਵਾ ਲਿਆ ਜੀ ਸਰੰਦ? ਅੱਛਾ 2018 ਚ ਨਵੀਂ ਬਾਡੀ ਦੁਬਾਰਾ ਲਵਾਇਆ ਜੀ। ਹਾਂਜੀ ਹਾਂਜੀ ਹਾਂ ਠੀਕ ਹੈ, ਨਵਾਂ ਬਾਡੀ ਕਿਵੇਂ ਦੁਬਾਰਾ ਲਵਾਇਆ। ਹਾਂ ਲਓ ਜੀ, ਕਮਾਲ ਦੀ ਗੱਲ ਹੈ, ਗੁਰਤਾਜ ਦੀ ਮੋਟਰ ਲਿਖਿਆ ਉੱਪਰ ਹੈ ਜੀ। ਹਾਂਜੀ ਹਾਂਜੀ ਪਿੰਡ ਭਿਓਰੇ ਦੇ ਵਿੱਚ ਖੜੀ ਹੈ ਜੀ ਗੱਡੀ, ਸਰਪੰਚ ਸਾਹਿਬ ਕਮਾਲ ਦੀ ਗੱਲ ਹੈ। ਆਹ ਦੇਖੋ ਜੀ, ਆਹ ਲਿਖਿਆ ਜੀ ਪਿੱਛੇ, ਰਾਜ ਨੀ ਮੰਗਦੇ ਤਾਜ ਨੀ ਮੰਗਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ। ਲਓ ਜੀ ਕਰਿਓ ਕਮੈਂਟ ਜੀ। ਦੇਖੋ ਇਹ ਵੀ ਗੱਲ ਠੀਕ ਹੈ, ਇਹ ਬਹੁਤ ਵਧੀਆ ਸ਼ੇਅਰ ਲਿਖਿਆ ਹੈ। ਜਣੇ ਖਾਣੇ ਨੂੰ ਦੇਖੋ ਪਰੋਲ ਮਿਲ ਜਾਂਦੀ ਹੈ ਠੀਕ ਹੈ, ਪਰ ਬੰਦੀ ਸਿੰਘਾਂ ਦੀ ਰਿਹਾਈ ਨੀ ਹੋ ਰਹੀ, ਨੀ ਹੋ ਰਹੀ ਤਾਂ ਤੁਹਾਡੀ ਠੀਕ ਹੈ। ਦੇਖੋ ਜੀ ਕਰਿਓ ਕਮੈਂਟ, ਆ 1210 DD ਹੈ। ਹਾਂ 12D ਹੈ ਗੱਡੀ ਮਾਡਲ ਆਇਦਾ ਇਹ। ਅੱਛਾ 12D ਗੱਡੀ ਦਾ ਮਾਡਲ ਮਾਡਲ ਆਇਦਾ 12 ਦਾ ਡੀ। ਹਾਂ ਜੀ, ਆ ਡਾਲਾ ਵੀ ਆ ਬੜਾ ਕਮਾਲ ਦਾ ਹੈ। ਆ ਖੋਲ ਕੇ ਦਿਖਾਓ ਡਾਲਾ ਕਿੱਦਾਂ ਖੁੱਲਦਾ। ਇਹ ਆ ਡਾਲਾ ਇੱਥੇ ਖੁੱਲਦਾ ਜਿਹੜਾ ਪੁਰਾਣਾ, ਦੇਖੋ ਪੁਰਾਣੇ ਮਾਡਲਾਂ ਵਾਂਗੂ। ਆ ਦੇਖੋ ਜੀ ਕਮੈਂਟ ਕਰਿਓ, ਆ ਡਾਲਾ ਦੇਖੋ ਪੁਰਾਣਾ, ਪੁਰਾਣੀਆਂ ਕਈ ਯਾਦਾਂ ਜਿਹੜੀਆਂ ਤਾਜ਼ਾ ਹੋ ਗਈਆਂ ਜੀ, ਕਮਾਲ ਦੀ ਗੱਲ ਹੈ। ਤੁਹਾਡੇ ਪਿੰਡ ਦੇ ਵਿੱਚ ਵੀ ਅਜਿਹੀ ਗੱਡੀ ਸੀ ਤੇ ਤੁਸੀਂ ਬਚਪਨ ਦੇ ਵਿੱਚ ਇਹਨਾਂ ਗੱਡੀਆਂ ਦੇ ਵਿੱਚ ਕਿੱਦਾਂ ਬੈਠਦੇ ਸੀ, ਕਿੱਥੇ ਕਿੱਥੇ ਜਾਂਦੇ ਸੀ, ਕਿੱਦਾਂ ਡਾਲਾ ਖੁੱਲਦਾ ਸੀ, ਇਸ ਦੇ ਉੱਤੇ ਕਰਿਓ ਕਮੈਂਟ। ਇਸੇ ਕਰਕੇ ਅਸੀਂ ਜਿਹੜਾ ਹੈ ਇਹ ਬਣਾਉਂਦੇ ਰਹਿੰਦੇ ਹਾਂ ਜੀ ਵਲੌਗ, ਪੁਰਾਣੀਆਂ ਚੀਜ਼ਾਂ ਜਿਹੜੀਆਂ ਇਹ ਵੀ ਸਾਡੇ ਵਿਰਸੇ ਤੇ ਵਿਰਾਸਤ ਦਾ ਹਿੱਸਾ ਹੈ ਜੀ। ਇਹ ਗੱਡੀਆਂ ਨੇ ਬਹੁਤ, ਬਾਪੂ ਦਾ ਨਾਮ ਲਿਖਿਆ ਜੀ ਅਸੀਂ ਗੱਡੀ ਦੇ ਆਪਣੀ ਦਾ ਜੀ, ਇਹ ਗੱਡੀ ਦੇ ਬਾਪੂ ਦਾ ਨਾਮ ਲਿਖਿਆ ਵਾ। ਹਾਂ ਸਾਧੂ ਸਿੰਘ ਕੰਪਨੀਆਂ ਲਿਖਿਆ ਵਾ ਜੀ। ਦੇਖੋ ਨਿਊ ਸਾਧੂ ਸਿੰਘ ਐਂਡ ਕੰਪਨੀ ਬਾਪੂ ਦਾ ਨਾਮ ਲਿਖਾਇਆ ਹੋਇਆ ਹੈ। ਹਾਂ ਬਾਪੂ ਦਾ ਜੀ, ਕਮਾਲ ਦੀ ਗੱਲ ਹੈ। ਨਹੀਂ ਅਸੀਂ ਬਾਕੀ ਗੱਡੀਆਂ ਦਾ ਸੰਤਾਂ ਦਾ ਇਹਦੇ ਬਾਪੂ ਦਾ ਨਾਮ ਲਿਖਾਇਆ। ਠੀਕ ਹੈ ਠੀਕ ਹੈ ਠੀਕ ਹੈ, ਇੱਦਾਂ ਵੀ ਹੁੰਦੀ ਜੀ ਗੱਲ। ਬਾਬਾ ਨਿੰਮ ਵਾਲਾ ਵੀ ਲਿਖਿਆ ਹੋਇਆ। ਹਾਂ ਬਾਬਾ ਨਿੰਮ ਵਾਲਾ, ਬਾਕੀ ਗੱਡੀ ਦਾ ਬਾਬਾ ਨਿੰਮ ਵਾਲਾ, ਸੰਤ ਬਾਬਾ ਪ੍ਰੇਮ ਸਿੰਘ ਮੋਇਆਂ ਦੀ ਮੰਡੀ ਵਾਲੇ ਸੰਤਾਂ ਦਾ ਨਾਮ ਆ ਜੀ। ਅੱਛਾ, ਇਹ ਗੱਡੀ ਦੇ ਬਾਕੀ ਅਸੀਂ ਸੰਤਾਂ ਦੇ ਨਾਮ ਆ ਜੀ। ਬੈਠ ਕੇ ਦਿਖਾਇਓ ਜਰਾ, ਦਿਖਾਓ ਜੀ। ਆਹ ਦੇਖੋ ਜੀ ਹੁਣ ਡਰਾਈਵਰੀ ਜਿਹੜੀ ਹੈ ਇੱਦਾਂ। ਅੱਛਾ ਬੈਠ ਕੇ ਦਿਖਾਇਓ ਜੀ ਜਰਾ। ਹਾਂ ਦੇਖੋ ਜੀ ਇੱਦਾਂ ਚੜ੍ਹਦੇ ਸੀ ਗੱਡੀ 'ਚ, ਆਹ ਪੁਰਾਣੀ ਗੱਡੀ, ਕਮਾਲ ਦੀ ਗੱਲ ਹੈ ਜੀ। ਲਓ ਅੱਛਾ, ਆਹ ਅੰਦਰੋਂ ਵੀ ਦਿਖਾਉਣ ਵਾਲੀ ਚੀਜ਼ ਹੈ, ਦੇਖਣ ਵਾਲੀ ਚੀਜ਼ ਹੈ। ਹਾਂਜੀ ਹਾਂਜੀ ਹਾਂਜੀ, ਇੰਟੀਰੀਅਰ ਬਹੁਤ ਵਧੀਆ, ਲਾਈਟ ਜਗਾਏ ਤੇ ਅੰਦਰ ਵੀ ਲਾਈਟ ਜਗਾ ਦੇ ਮੜੀ, ਅੰਦਰ ਦੀ ਲਾਈਟ ਜਗਾ ਦਿਓ। ਥੱਲੇ ਸੌਂਦੇ ਹੁੰਦੇ ਸੀ ਜੀ ਅਸੀਂ। ਅੱਛਾ ਪੁਰਾਣੇ ਇਹਨਾਂ ਦੇ ਨਾ ਥੱਲੇ, ਇੱਥੇ ਇੱਥੇ ਥੱਲੇ ਸੌਣਾ, ਇੱਕ ਬੰਦੇ ਨੇ ਸੀਟ ਪਰ ਸੌਣਾ ਜੀ। ਅੱਛਾ ਇੱਕ ਬੰਦੇ ਨੇ ਸੀਟ ਪਰ ਸੌ ਜਾਣਾ, ਇੱਕ ਨੇ ਥੱਲੇ ਸੌ ਜਾਣਾ ਜੀ, ਇੱਕ ਨੇ ਥੱਲੇ ਸੌ ਜਾਣਾ। ਜੱਤੀ ਇਹਨਾਂ ਉੱਪਰ ਕੈਵੇਂ ਸੌ ਜਾਣਾ, ਦੋ ਤਿੰਨ ਬੰਦੇ ਹੁੰਦੇ ਸੀ ਡਰਾਈਵਰ ਗੱਡੀਆਂ ਵੱਲੋਂ ਜਵਾਨੇ ਜੀ, ਇੱਕ ਨੇ ਇੱਥੇ ਸੌਣਾ ਜੀ, ਇੱਕ ਨੇ ਸੀਟ ਤੇ, ਇੱਕ ਨੇ ਉੱਪਰ ਸੌ ਜਾਣਾ। ਆ ਸਟੀਅਰਿੰਗ ਘੁਮਾ ਕੇ ਦਿਖਾਇਆ ਜੀ। ਲਓ ਜੀ ਆ ਦੇਖੋ ਜੀ ਸਟੀਅਰਿੰਗ ਚੱਲਦੀ ਹੈ ਗੱਡੀ ਹੈ ਨਾ, ਪੂਰੀ ਚੱਲਦੀ ਹੈ ਜੀ। ਹਾਂ ਚਲਾਓ ਜੀ। ਲਓ ਜੀ ਦੇਖੋ ਜੀ ਪੁਰਾਣੀ ਯਾਦ ਕਿੱਦਾਂ ਦੀ ਲੱਗੀ ਗੱਲਬਾਤ, ਕਮੈਂਟ ਜ਼ਰੂਰ ਕਰਿਓ ਅਜਿਹੇ ਚੀਜ਼ਾਂ ਦੇ ਉੱਤੇ, ਕਮੈਂਟ ਕਰਨਾ ਦੇਖੋ ਜੀ ਬਣਦਾ ਤਾਂ ਹੈ। ਹਾਂ ਜੇ ਚੰਗਾ ਲੱਗਿਆ ਵੀਡੀਓ ਤਾਂ ਸ਼ੇਅਰ ਕਰ ਦਿਓ, ਦੱਬ ਕੇ ਜੀ, ਦੱਬ ਕੇ ਸ਼ੇਅਰ ਕਰ ਦਿਓ ਜੀ।
ਆਹ ਦੇਖੋ ਪੁਰਾਣੀ ਗੱਡੀ ਦਿਖਾਈ ਹੈ, ਪੁਰਾਣੀਆਂ ਯਾਦਾਂ ਦੇ ਵਿੱਚ ਲੈ ਕੇ ਗਏ ਆ ਪਿੰਡ ਭਿਓਰੇ ਤੋਂ ਸਰਦਾਰ ਸੁਰਪਿੰਦਰ ਸਿੰਘ ਜੀ ਸਰਪੰਚ, ਉਹਨਾਂ ਦੀ ਗੱਡੀ ਹੈ ਇਹ, ਡੀ ਮਾਡਲ ਕਹਿੰਦੇ ਜੀ ਇਸਨੂੰ, 1974 ਮਾਡਲ ਹੈ ਜੀ। ਫਿਰ ਕਦੀ ਮੌਕਾ ਮਿਲਿਆ ਤਾਂ ਹੋਰ ਵੀ ਗੱਡੀਆਂ ਤੁਹਾਨੂੰ ਪੁਰਾਣੀਆਂ ਦਿਖਾਉਂਦੇ ਰਹਾਂਗੇ। ਧੰਨਵਾਦ, ਸ਼ੁਕਰੀਆ ਜੀ, ਚੰਗਾ ਜੀ, ਮਿਹਰਬਾਨੀ ਜੀ।